ਜਿਹੜੇ ਚੇਤੇ ਤੌਰ ਤੇ ਪਹੁੰਚੇ ਨੇ ਸਰਦਾਰ ਅਮਰਜੀਤ ਸਿੰਘ ਦੀ ਰਸੂਲ ਪਰ ਇਹ ਵੀਰ ਵੀ ਭਰਮੀ ਹਾਜ਼ਰੀ ਲਵਾ ਰਹੇ ਨੇ। ਸੋ ਜਸਵੀਰ ਸਿੰਘ ਦੀ ਦੇੜਕਾ ਤੇ ਚੇਅਰਮੈਨ ਚੰਦ ਸਿੰਘ ਜੀ ਡੱਲਾ ਅਮਰਜੀਤ ਸਿੰਘ ਦੀ ਰਸੂਲ ਪਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਨੇਤਰਲੇ ਪਾਸੇ ਵੇਖਾਂਗੇ ਵੀ ਸ਼ੀਰਾ ਬਾਲੋ ਵਾਲੀ ਇਹਦੀ ਪਾਈ ਹੋਈ ਕਬੱਡੀ ਤੇ ਉਧਰਲੇ ਪਾਸੇ ਫਰੀਦਕੋਟੀਆ ਵੇਖਾਂਗੇ ਵੀ ਲਾ ਕੇ ਮਾਰਿਆ ਤੇ ਪੁਆਇੰਟ ਦੜਵੇ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ। ਹਾਂਜੀ ਪਾਣੀ ਵਾਲਾ ਸਾਡਾ ਵੀਰ ਪਰਮਜੀਤ ਸਿੰਘ ਇੱਕ ਮਿੰਟ ਸੰਪਰਕ ਕਰਿਓ ਸਿਕੰਦਰ ਸਿੰਘ ਜੀ ਮੈਂਬਰ ਨਾਲ। ਪਾਣੀ ਵਾਲਾ ਸਾਡਾ ਵੀਰ ਜਿੰਨੇ ਵੀ ਜੱਫੇ ਲੱਗਣੇ ਆ ਲੈ ਵੀ ਇੱਕ ਮਿੰਟ ਦੇ ਵੀਰ ਉਹਨੇ 100 ਰੁਪਏ ਰਾਜ ਢਿੱਲੋਂ ਵੱਲੋਂ ਬੋਲਦੀ। ਠੀਕ ਆ ਜੀ, ਰਾਜ ਢਿੱਲੋਂ ਦੇ ਵੱਲੋਂ ਵੱਡੇ ਮਾਣ ਸਨਮਾਨ ਦਿੱਤੇ ਨੇ, ਉਹਨਾਂ ਦਾ ਆਪਾਂ ਧੰਨਵਾਦ ਕਰਾਂਗੇ। ਜਿੰਨੇ ਵੀ ਜੱਫੇ ਲੱਗਣਗੇ ਉਹਨੇ 100-100 ਦੇ ਮਾਣ ਸਨਮਾਨ ਦਿੱਤੇ ਜਾਣਗੇ। ਚੱਲ ਵੀ ਸੋਨੀ ਪਾ ਵੀ ਅਗਲੀ ਕਬੱਡੀ ਇਧਰਲੇ ਪਾਸੇ। ਪਾਣੀ ਵਾਲਾ ਸਾਡਾ ਵੀਰ ਪਰਮਜੀਤ ਸਿੰਘ ਜੀ ਪੰਮਾ ਇੱਕ ਮਿੰਟ ਜ਼ਰੂਰ ਸੰਪਰਕ ਕਰੇਗਾ ਜੀ। ਪਰਮਜੀਤ ਸਿੰਘ ਜੀ ਪੰਮਾ ਜਿਹੜੇ ਸਾਡੇ ਪਾਣੀ ਦੀ ਸੇਵਾ ਕਰਦੇ ਨੇ ਉਹ ਸਟੇਜ ਕੋਲ ਸਿਕੰਦਰ ਸਿੰਘ ਜੀ ਮੈਂਬਰ ਸਾਹਿਬ ਨਾਲ ਸੰਪਰਕ ਕਰਨ ਜੀ। ਇਧਰਲੇ ਪਾਸੇ ਵੇਖਾਂਗੇ ਵੀ ਝੋਰੜਾ ਵਾਲਾ ਸੋਨੀ ਲੱਖਾਂ ਵਰਗੇ ਅੰਕ ਦਾ ਵਾਧਾ ਆਪਦੀ ਟੀਮ ਦੇ ਲਈ ਕਰਦਾ। ਚੱਲ ਵੀ ਚੰਦਰਾ ਵਾਲਿਆ ਪਾ ਵੀ ਅਗਲੀ ਕਬੱਡੀ ਇਧਰਲੇ ਪਾਸੇ ਵੇਖਾਂਗੇ ਵੀ ਮੁੰਡਾ ਫਰੀਦਕੋਟੀਆ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਕਿ ਮੁੰਡਿਆਂ ਵੇ ਮੁੰਡਿਆਂ ਫਰੀਦਕੋਟੀਆ ਤੇਰੇ ਬੁੱਲਾਂ ਦੀ ਸ਼ਰਾਰਤ ਨੱਚਦੀ ਹੈ ਵੀ ਤੇਰੇ ਨੈਣਾ ਦੀ ਸ਼ਰਾਰਤ ਨੱਚਦੀ ਹੈ। ਉਧਰਲੇ ਪਾਸੇ ਵੇਖਾਂਗੇ ਵੀ ਦੜਬੇ ਦੀ ਟੀਮ ਦਾ ਹੁਣ ਕਿਹੜਾ ਜਾ ਫੀਲੋ ਮੈਦਾਨ ਦੇ ਵਿੱਚ ਵੱਧ ਕੇ ਟਰਾਈ ਕਰਦਾ ਤੇ ਵੇਖਾਂਗੇ ਵੀ ਦਰਸ਼ਨ ਦੜਬੇ ਵਾਲਾ ਤੇ ਵੇਖਾਂਗੇ ਵੀ ਦਰਸ਼ਨ ਦੀ ਕੀਤੀ ਹੋਈ ਟਰਾਈ ਤੇ ਪੁਆਇੰਟ ਵੇਖਾਂਗੇ ਵੀ ਜਾਫੀ ਦਾ ਪੁਆਇੰਟ ਜਾਫੀ ਦਾ ਪੁਆਇੰਟ ਦਰਸ਼ਨ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਵੀ ਦਰਸ਼ਨ ਦੜਬੇ ਵਾਲੇ ਲਈ ਵੀ 100 ਰੁਪਇਆ ਰਾਜ ਢਿੱਲੋਂ ਕੈਨੇਡਾ ਵਾਲੇ ਵੱਲੋਂ 100 ਰੁਪਇਆ ਦਰਸ਼ਨ ਦੇ ਲਈ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਹੈ। ਬਾਈ ਰਾਜ ਢਿੱਲੋਂ ਜਿਹੜੇ ਢਿੱਲਵਾਂ ਮੋੜ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੂਸੀਐਲ ਕੈਨੇਡਾ ਵਾਲੇ 100 ਰੁਪਇਆ ਨਿੱਤ ਦੇ ਜਿਹੜੇ ਜੁੜੇ ਹੋਏ ਨੇ ਤੇ ਜੱਫਿਆਂ ਤੇ 100-100 ਰੁਪਏ ਦਾ ਸਨਮਾਨ ਕਰਨਗੇ ਜੀ। ਇਸ ਤੋਂ ਅਗਲੇ ਮੈਚ ਲਈ ਸਾਡੀ ਬੇਨਤੀ ਸ਼ੀਨੀਵਾਲ ਕਲਾ ਤੇ ਜਾਖੜ ਉਹ ਵੀ ਦੋਨੇ ਟੀਮਾਂ ਗਰਾਊਂਡ ਦੇ ਲਾਗੇ ਆ ਜਾਂ ਨਾਲ ਹੀ ਸਾਡਾ ਛੋਟੇ ਹਾਥੀ ਵਾਲਾ ਜਿਹੜਾ ਵੀਰ ਜੀ ਦੀ ਡਿਊਟੀ ਲੱਗੀ ਹੋਈ ਹੈ ਬਮਰਾ ਉਹ ਕਿਰਪਾ ਕਰਕੇ ਸਟੇਜ ਦੇ ਪਿੱਛੇ ਸੰਪਰਕ ਕਰੇ। ਹਾਂਜੀ ਧੰਨਵਾਦ ਜੀ। ਇਧਰਲੇ ਪਾਸੇ ਵੇਖਾਂਗੇ ਵੀ ਮੁੰਡਾ ਫਰੀਦਕੋਟੀਆ ਪੁਆਇੰਟ ਪਰ ਵੇਖਾਂਗੇ ਵੀ ਜਾਫੀ ਦਾ ਪੁਆਇੰਟ ਦਰਸ਼ਨ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਚੱਲ ਵੀ ਦੜਬੇ ਵਾਲਿਆ ਪਾ ਵੀ ਅਗਲੀ ਕਬੱਡੀ ਮੈਚ ਸਮਾਪਤ। ਹਾਂਜੀ ਪਰਤਾ ਟੀਮਾਂ ਨਾਲ ਛੋਟਾ ਅਮਨ ਜੀ ਅਗਲੀਆਂ ਸਭਾਵਾਂ ਲਈ ਗਰਾਊਂਡ 'ਚ ਆਉਣਗੇ। ਹਾਂਜੀ ਜੱਫੇ ਗਿਣੀ ਚੱਲੇ ਮੈਚ ਖਤਮ ਹੋ ਗਿਆ ਅਗਲੇ 'ਚ ਫੇਰ ਲਾ ਦੇਵਾਂਗੇ। ਮੈਚ ਸਮਾਪਤ ਦੜਬਾ ਮੰਡੀ ਦੀ ਟੀਮ ਜੇਤੂ ਆ ਜੀ। ਹਾਂਜੀ ਜੇ ਜੱਫੇ ਲੱਗੇ ਸੀ ਕਿਰਪਾ ਕਰਕੇ ਦੱਸ ਕੇ ਸਰਜੀਤ ਸਿੰਘ ਤੋਂ ਆਪਣੇ ਨਾਮ ਲੈ ਦਿਓ ਜੀ। ਹੈਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਵੇਂ ਹੱਥ ਜੋੜ ਅਰਦਾਸ ਕਰਾਂ ਮਾੜਾ ਕੰਮ ਨਾ ਕਦੇ ਕਰਵਾਈ ਰੱਬਾ ਮੇਰੇ ਬੋਲਾਂ ਨਾਲ ਨਾ ਕਿਸੇ ਨੂੰ ਠੇਸ ਪਹੁੰਚੇ ਕੌੜਾ ਬੋਲ ਨਾ ਮੇਰੇ ਤੋਂ ਬੁਲਾਈ ਰੱਬਾ ਹੱਕ ਹਲਾਲ ਦੀ ਖਾ ਕੇ ਟਾਈਮ ਪਾਸ ਕਰ ਲੂੰ ਮੈਨੂੰ ਬੇਈਮਾਨੀ ਕਰਨ ਤੋਂ ਬਚਾਈ ਰੱਬਾ ਕਿ ਚੀਮੇ ਦਾ ਪਿਰਤਾ ਕਰੇ ਸ਼ੁਕਰਾਨਾ ਤੇਰਾ ਮਾੜਾ ਟਾਈਮ ਨਾ ਕਦੇ ਕਿਸੇ ਨੂੰ ਦਿਖਾਈ ਰੱਬਾ ਫਤੋਆਲ ਦਾ ਸੋਨੂ ਕਰੇ ਸ਼ੁਕਰਾਨਾ ਤੇਰਾ ਮਾੜਾ ਟਾਈਮ ਨਾ ਕਦੇ ਕਿਸੇ ਨੂੰ ਦਿਖਾਈ ਰੱਬਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਯਾਦ ਨੂੰ ਸਮਰਪਿਤ ਲੱਖੇ ਦਾ ਕਬੱਡੀ ਕੱਪ ਅੱਜ 7 ਫਰਵਰੀ ਤੇ ਕਬੱਡੀ 1 ਪਿੰਡ ਓਪਨ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਆ ਜਾਖੜ ਦੀ ਟੀਮ ਜੇਕਰ ਗਰਾਊਂਡ ਦੇ ਵਿੱਚ ਪੁੱਜੀ ਆ ਜਾਖੜ ਜਾਂ ਜਾਖਲ ਹੋਣੀ ਆ ਹਰਿਆਣੇ ਦੀ ਟੀਮ ਸ਼ੀਨੀਵਾਲ ਕਲਾਂ ਦੀ ਟੀਮ ਜਿਹੜੀ ਉਹ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਆ ਇਸ ਮੈਚ ਤੋਂ ਬਾਅਦ ਬਾਬਾ ਹਰਨਾਮ ਦਾਸ ਭਦੌੜ ਤੇ ਸ਼ਾਹੜ ਪਿੰਡ ਦੀਆਂ ਟੀਮਾਂ ਉਹ ਵੀ ਗਰਾਊਂਡ ਦੇ ਵਿੱਚ ਪੁੱਜ ਜਾਣਗੀਆਂ ਟੀਮਾਂ ਜੋਧਪੁਰ ਤੇ ਖੋਸਾ ਕੋਟਲਾ BMS ਕਲੱਬ ਭਾਈ ਰੂਪਾ ਤੇ ਮਾਣੂ ਕੇ ਬਧਾਤੇ ਤੇ ਤਾਰੀ ਕਲੱਬ ਵੀਲਾ ਲੱਖੇ ਵੀ ਦਾ ਮੈਚ ਕਿਹੜੀ ਟੀਮ ਨਾਲ ਆ ਰਵਿੰਦਰ ਜੀ ਜ਼ਰੂਰ ਸਾਨੂੰ ਕਨਫਰਮ ਕਰਕੇ ਦੱਸਿਓ। ਬਾਬਾ ਹਰਨਾਮ ਦਾਸ ਭਦੌੜ ਤੇ ਸ਼ਾਹੜ ਪਿੰਡ ਦੀਆਂ ਟੀਮਾਂ ਪਲੀਜ਼ ਉਹ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣਗੀਆਂ ਜਿੰਨੇ ਵੀ ਦਰਸ਼ਕ ਅੱਜ ਲੱਖੇ ਦਾ ਕਬੱਡੀ ਕੱਪ ਦੇਖਣ ਦੇ ਲਈ ਪੁੱਜਿਆ ਸਾਰੀ ਸੰਗਤ ਦਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਤੇ ਜੀਆਂ ਨੂੰ ਆਖਿਆ ਜਾ ਰਿਹਾ।
ਤੇ ਜਿਹੜੇ ਦਰਸ਼ਕ ਕਬੱਡੀ 365.com ਦੇ ਜਰੀਏ ਆਨੰਦ ਮਾਣ ਰਹੇ ਆ ਉਹਨਾਂ ਦਰਸ਼ਕ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਜਿਹੜੀ ਟੀਮ ਮੇਨ ਸਟੇਜ ਵਾਲੀ ਸਾਈਡ ਤੇ ਖੇਡ ਰਹੀ ਆ ਉਹ ਟੀਮ ਸ਼ੀਨੀਵਾਲ ਕਲਾਂ ਦੀ ਤੇ ਦੂਜੀ ਸਾਈਡ ਤੇ ਟੀਮ ਆ ਜਿਹੜੀ ਉਹ ਜਾਖੜ ਪਿੰਡ ਦੀ। ਪਿੱਥੋ ਤੇ ਲੱਖਾ ਕਬੱਡੀ 70 ਕਿਲੋ ਭਾਰ ਦਾ ਪਹਿਲਾ ਸੈਮੀਫਾਈਨਲ, ਪਲੀਜ਼ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣਾ। ਡੇਰਾ ਸਤਾਜ ਤੇ ਖਿਆਲੀ ਇਹਨਾਂ ਟੀਮਾਂ ਦਾ ਜਿਹੜਾ ਦੂਜਾ ਸੈਮੀਫਾਈਨਲ ਮੈਚ ਹੋਵੇਗਾ, ਪਲੀਜ਼ ਇਹ ਟੀਮਾਂ ਵੀ ਪੁੱਜਣ। ਹਾਂਜੀ ਪਰਤਾ ਜੀ, ਉਧਰ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਹਰਸਿਮਰਿੰਦਰ ਸਿੰਘ ਦੀ ਗਿੱਲ, ਉਹ ਵੀ ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆਏ ਨੇ। ਅਸੀਂ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਵੱਲੋਂ ਸਰਦਾਰ ਹਰਸਿਮਰਿੰਦਰ ਸਿੰਘ ਦੀ ਗਿੱਲ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਨੇ, ਇਹਨਾਂ ਵੀਰਾਂ ਦਾ ਇੱਥੇ ਪਹੁੰਚਣ ਤੇ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਵੱਲੋਂ ਹਰਸਿਮਰਿੰਦਰ ਸਿੰਘ ਦੀ ਗਿੱਲ ਤੇ ਇਹਨਾਂ ਦੇ ਸਮੁੱਚੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਬੱਡੀ 70 ਕਿਲੋ ਭਾਰ ਦੇ ਪਹਿਲੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਪਿੱਥੋ ਤੇ ਲੱਖਾ ਡੇਰਾ ਸਤਾਜ ਤੇ ਖਿਆਲੀ ਇਹ ਟੀਮਾਂ ਫੌਜਾਂ ਬਣਾ। ਉਧਰ ਸਾਡੇ ਵੀਰ ਜਿਹੜੇ ਐਂਟਰੀਆਂ ਕਰ ਰਹੇ ਆ ਤੇ ਟਾਈਆਂ ਪਾ ਰਹੇ ਆ, ਜੱਗੇ ਨੰਬਰਦਾਰ ਦਾ ਬਹੁਤ ਬਹੁਤ ਧੰਨਵਾਦ ਆ। ਸਰਦਾਰ ਹਰਸਿਮਰਿੰਦਰ ਸਿੰਘ ਦੀ ਗੱਲ ਇਹਨਾਂ ਨੂੰ ਬੇਨਤੀ ਕਰਦੇ ਆ, ਉਹਨਾਂ ਵੱਲੋਂ ਜੋ ਸਰਦਾਰ ਚੰਦ ਸਿੰਘ ਦੀ ਡੱਲਾ ਉਹ ਵੀ ਆ ਗਿਆ, ਸੂਬੇਦਾਰ ਗੁਰਦੇਵ ਸਿੰਘ ਦੀ ਗਿੱਲ, ਇਹਨਾਂ ਦੇ ਪਰਿਵਾਰ ਦਾ ਜਿਹੜਾ ਸਨਮਾਨ ਕੀਤਾ ਜਾਣਾ, ਜਸਵੀਰ ਸਿੰਘ ਦੀ ਤੁਸੀਂ ਵੀ ਆ ਜਾਓ ਨਾਲ, ਹਰਸਿਮਰਿੰਦਰ ਸਿੰਘ ਦੀ ਗਿੱਲ, ਚੰਦ ਸਿੰਘ ਦੀ ਡੱਲਾ, ਜਸਵੀਰ ਸਿੰਘ ਦੀ ਦੇਲਕਾ ਤੇ ਸਾਰੀ ਗ੍ਰਾਮ ਪੰਚਾਇਤ ਨਾਲ ਵੀ, ਕੁਲਵੰਤ ਸਿੰਘ ਦੀ ਕਵਿਤਾ, ਬਾਈ ਬਿੱਟੂ ਜੀ, ਪਰਮਜੀਤ ਸਿੰਘ ਦੀ ਪੰਮਾ, ਸੁਖਦੇਵ ਸਿੰਘ ਜੀ ਮੈਂਬਰ, ਸੋਨੂੰ ਖੇਲਾ, ਜਗਰੂਪ ਸਿੰਘ ਜੀ ਨਾਲ, ਸਾਡੇ ਪੱਤਰਕਾਰ ਜਗਰੂਪ ਸਿੰਘ, ਜਸਵੀਰ ਸਿੰਘ ਜੀ ਬੁੱਲਾਪੁਰ, ਤੁਸੀਂ ਵੀ ਆ ਜਾਓ ਜੀ। ਇਹਨਾਂ ਸਾਡੇ ਦਾਨੀ ਵੀਰਾਂ ਦਾ ਮਾਣ ਸਨਮਾਨ, ਜਸਵਿੰਦਰ ਸਿੰਘ ਜੀ ਮੈਂਬਰ ਸਾਹਿਬ, ਸਰਪੰਚ ਸਰਦਾਰ ਗੁਰਚਰਨ ਸਿੰਘ ਜੀ, ਸਰਜੀਤ ਸਿੰਘ ਜੀ ਪ੍ਰਧਾਨ ਹੋਰਾਂ ਵੱਲੋਂ, ਤੇ ਸਾਡੇ ਦਾਨੀ ਵੀਰਾਂ ਦੇ ਜਿਹੜੇ ਮਾਣ ਸਨਮਾਨ, ਉੱਥੇ ਚੀਮਿਆਂ ਵਾਲੇ ਪਿਰਤੇ ਦਾ ਬਿੱਟੂ ਚੱਕ, ਕਮਰ ਹਠੂਰ, ਨਾਲ ਸਾਡਾ ਵੀਰ ਅਮਨ ਲੋਪੋ, ਨਿੰਮਾ ਸੇਖਾ, ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਕਰਦੇ ਹਾਂ। ਹਾਂਜੀ ਉਧਰ ਸੋਨੀ ਲੱਖਾ ਗੁਰਪ੍ਰੀਤ ਸਾਡਾ ਭਰਾ ਜਿਹੜਾ ਖਜ਼ਾਨਚੀ ਆ, ਮਹਿੰਦੀ ਲੱਖਾ, ਗੁਰਦੀਪ, ਗੀਤਾ, ਕਾਕਾ ਲੱਖਾ, ਰਾਜੂ ਲੱਖਾ, ਹੰਸਾ ਲੱਖਾ, ਚਰਨਾ ਲੱਖਾ, ਇਹ ਭਰਾ ਜਿਹੜੇ ਐਂਟਰੀਆਂ ਕਰ ਰਹੇ ਆ ਤੇ ਟਾਈਆਂ ਪਾ ਰਹੇ ਆ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਇੱਧਰ ਸ਼ੀਨੀਵਾਲ ਦਾ ਧਾਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਧਾਵਾ ਬੋਲਦਾ ਆ, ਦੂਜੇ ਬੰਨੇ ਕਹਿੰਦੇ ਜਾਫੀ ਚੜ੍ਹਦੀ ਦੀ ਉਮਰ ਦਾ, ਪਰ ਪੁਆਇੰਟ ਆ ਜਿਹੜਾ ਉਹ ਸ਼ੀਨੀਵਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਭਦੌੜ ਦੀ ਟੀਮ ਜੇਕਰ ਪੁੱਜ ਗਈ ਤਾਂ ਹੱਥ ਖੜਾ ਕਰ ਦੇਵੇ, ਬਹੁਤ ਬਹੁਤ ਧੰਨਵਾਦ ਆ। ਸ਼ਾਹੜ ਦੀ ਟੀਮ, ਪਲੀਜ਼ ਉਹ ਵੀ ਟੀਮ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪੁੱਜੇਗੀ। ਇੱਧਰ ਸ਼ੀਨੀ ਵਾਲੀਆ ਕਹਿੰਦੇ ਐਨ ਹਿੱਕ ਜ਼ੋਰ ਦੇ ਨਾਲ ਲਾ ਤਕੜਾ ਜੱਫਾ, ਇਸ ਵੇਲੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਹੈਲੋ, ਕਿ ਕਿਸੇ ਕੋਲ ਨਹੀਂ ਕੋਠਾ ਸਾਣ ਜੋਗਾ, ਤੇ ਕੋਈ ਡੰਗਰਾਂ ਨੂੰ ਲੈਂਟਰ ਲਾਈ ਫਿਰਦਾ, ਕੋਈ ਸਾਈਕਲ ਵੀ ਲਵੇ ਵਿਆਜ ਉੱਤੇ, ਤੇ ਕੋਈ ਕਾਰਾਂ ਵਿੱਚ ਕੁੱਤਿਆਂ ਨੂੰ ਮਿਠਾਈ ਫਿਰਦਾ, ਕੋਈ ਮੱਛਰਾਂ ਨੂੰ ਮਾਰਦਾ ਸੌਂ ਜਾਂਦਾ, ਤੇ ਕੋਈ ਚੂਚਿਆਂ ਨੂੰ ਜਨਰੇਟਰ ਲਾਈ ਫਿਰਦਾ, ਕਿਸੇ ਨੂੰ ਪਤਾ ਨਹੀਂ ਕਿ ਦੌਲਤਾਂ ਕਿੰਨੀਆਂ ਨੇ, ਤੇ ਕੋਈ ਨੰਗਾ ਰਹਿ ਕੇ ਵਕਤ ਟਪਾਈ ਫਿਰਦਾ, ਕੋਈ ਕੂੜੇ ਦੇ ਢੇਰ ਚੋਂ ਲੱਭੇ ਰੋਟੀ, ਤੇ ਕੋਈ ਬੱਚਿਆਂ ਨੂੰ ਬਰਗਰ ਪੀਜੇ ਖਵਾਈ ਫਿਰਦਾ। ਰਾਣਾ ਮਾਧੋ ਚੰਡੀਆ ਲੱਭਦਾ ਉਸ ਪਰਮਾਤਮਾ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ, ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ। ਇਸ ਮੈਚ ਦੇ ਵਿੱਚ ਸ਼ੀਨੀਵਾਲ ਦੀ ਟੀਮ ਆ ਜਿਹੜੀ ਉਹ ਜੇਤੂ ਰਹੀ ਹੈ। ਸ਼ਾਹੜ ਤੇ ਬਾਬਾ ਹਰਨਾਮ ਦਾਸ ਭਦੌੜ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਆ ਸ਼ੁਰੂ ਹੋਣ ਲੱਗਿਆ। ਜੋਧਪੁਰ ਚੀਮਾ ਤੇ ਖੋਸਾ ਕੋਟਲੇ ਦੀਆਂ ਟੀਮਾਂ ਪਲੀਜ਼ ਉਹ ਵੀ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਗੀਆਂ। ਬੀਐਮਐਸ ਕਲੱਬ ਭਾਈ ਰੂਪਾ ਤੇ ਮਾਣੂ ਕੇ ਵਧਾਤੇ ਤੇ ਤਾਰੀ ਕਲੱਬ ਵੀਲਾ, ਇਹ ਸਾਰੀਆਂ ਟੀਮਾਂ ਜਿਹੜੀਆਂ ਆਪੋ ਆਪਣੇ ਮੈਚਾਂ ਦੇ ਮੁਤਾਬਕ ਜਲਦੀ ਨਾਲ ਹੀ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਅੱਜ ਪੰਜਾਬ ਦੇ ਵਿੱਚ 8-10 ਦੇ ਕਰੀਬ ਜਿਹੜੇ ਕਬੱਡੀ ਦੇ ਕੱਪ ਆ, ਪਰ ਦੁਨੀਆਂ ਦੇ ਜਿਹੜੇ ਵੱਡੇ ਸਟਾਰ ਆ ਉਹ ਕਹਿੰਦੇ ਅੱਜ ਲੱਖੇ ਦੇ ਵਿੱਚ ਆਪਣੀ ਖੇਡ ਵਿਖਾਉਣ ਦੇ ਲਈ ਪੁੱਜੇ ਹੋਏ ਆ। ਚੀਮਾ ਜੋਧਪੁਰ ਦੀ ਟੀਮ ਜੇਕਰ ਪੁੱਜੀ ਹੈ ਤਾਂ ਪਲੀਜ਼ ਉਹ ਟੀਮ ਹੱਥ ਜ਼ਰੂਰ ਖੜਾ ਕਰ ਦੇਵੇ, ਤੇ ਨਾਲ ਹੀ ਖੋਸਾ ਕੋਟਲਾ
जोधपुर चीमा की टीम पुज गई, बहुत बहुत धन्यवाद। खोसे कोटले की टीम नूं भी एक मिनट का टाइम दिता जा रहा, प्लीज वो टीम भी जल्दी नाल खेड मैदान दे विच पुजे। उधर साडा भरा रेकू बीले वाला रश लखा ध्रुव दौधर, इन्हां सारे सतकार दे भरावां दा बहुत बहुत धन्यवाद। किरणजीत सिंह जी मिंटू सरपंच जिन्हां दे वड्डे योगदान अज दे कबड्डी कप दे लई। जिहड़ी टीम मेन स्टेज वाली साइड ते खेड रही है वह टीम शाहड़ पिंड दी आ, कबड्डी का स्टार जाफी आ सतनाम खेड़ी चहलां वाला वह भी खेड मैदान दे विच पुज्या होया। ते दूजी साइड ते टीम आ जिहड़ी उह बाबा हरनाम दास दे नां ते बणी हुई टीम पधौड़ पिंड दी आ। ते लै वी मैच ते साडा भरा अमन गल करेगा। हाँ जी पिरता जी, इस मैच जिन्ने भी जत्थे लगणे आ राज ढिलो यूसीएल कनेडा वाले जो ढिलवा माउंट सुरजीत सिंह जी होना यार ने लगातार नैट के उत्ते जुड़े हुए हैं, उन्होंने वालों हरेक जत्थे ते 100 रुपया राज ढिलो कनेडा वाला वालों ही पहला 500 रुपया उन्होंने जत्थियां तो दिता, जिन्ने भी जत्थे लगनगे उन्हें 100-100 रुपए के समान हो गए। मालवे की धरती जिले लुधियाने का पिंड लखा, सरबरदानी श्री गुरु गोबिंद सिंह जी महाराज 350 साल समर्पित कबड्डी कप हो रहा है और उन्हां संतां महापुरशां दी याद इन्हां खेड मैदानां च मनाई जा रही है। पंजाब दे पूरी दुनिया भर दे विच अज दा कबड्डी कप 365.com लाइव करदी है ते लखे नगर नूं लख लख वार मुबारकबाद है। जिन्नियां भी संगतां वड्डी तादाद च पुज्जियां होईयां सारियां संगतां दा वड्डा धन्नवाद, और स्टेज ते इस इलाके दीआं जिन्नियां भी सत्कारयोग शख्सियतां बैठियां उन्हां सारियां सत्कारयोग शख्सियतां दा धन्नवाद कीता जांदा है। और लखे दीआं खेड मैदानां विच अज दे टाइम दा हर एक सुपर स्टार खिलाड़ी मेरे वीर पुज आया है, अज दे टाइम दा हर एक उधर दे बारू जफा लावेगा साडे वीर जलाल दी आ तो पहुंचे हुए ने, इन्हां वालों भी विशेष मान सम्मान किए जाने ने। मेरा अपना गुआंढी नगर है बारू, मेरा योग दोस्त है, जिन्हें भी जफे लावेगा कहिंदे इन्ने सम्मान किए जाने। हाँ जी सारे वीरां दा बड़ा धन्नवाद इस टूरनामेंट नूं करवाउण दे लई, सारे NRA वीर नगर निवासियां दे विशेष सहयोग ने। उत्थे किरणजीत सिंह मिंटू सरपंच बीला ते रिंकू रंधावा बीला राश लखा लैंबर सिद्धमा तरुण दौधर निपा ठूर गगन ठूर पाला लखा शारपी कुमन शीरा चक्र निशान भमीपुरा पिंदर सरपंच गुरप्रीत धालीवाल मेहंदी लखा काका साडा वीर हरबंस हंसा भोला लखा निर्मल निम्मा हैप्पी धालीवाल, इन्हां सारे वीरां दे विशेष सहयोग और जिन्हें भी NRA वीरां दे विशेष सहयोग सारे दा धन्नवाद है। ते सामने खेड मैदान च कबड्डी ते गल साडा करेगा वीर पिरता चीमिया वाला। इधर शाहड़ वाला गोगी खेड मैदान दे विच कबड्डी पा रहा एंड गोरा नशो रंग आ, ते शाहड़ वाले गोगी ने पॉइंट आ जिहड़ा अपनी टीम दे हिस्से विच जोड़ दिता। एक पिरता जी तुसीं भी एक वारी प्रबंधक वालों बेनती है जिहड़े मौत ढिलवां तो साडे वीर राज ढिलो होणी आ उन्हें वालों हरेक जत्थे ते 100-100 रुपया दिता जाना, तुसीं भी एक बार रिपीट कर दो जी। राज ढिलो जी उधर राज ढिलो जी मौत ढिलवां वाले पुजे आ, ते इस मैच दे विच जिन्ने भी जफे लगणगे हर एक जफे का एक एक 100 जिहड़ा दिता जाएगा। इधर भोतने वाला कालू कहिंदे पा कबड्डी पॉइंट आ जिहड़ा अपनी टीम दे हिस्से विच जोड़दा होया, अगली कबड्डी पाउण दे लई इस नौजवान का दीपक नां दर्शक वीरियो शाहड़ पिंड खेड मैदान दे विच नौजवान धावी का बोलिया धावा, वह वेखो चार जाफी आ भदौड़ दे ते शाहड़ वाले का बोलिया धावा ते किहड़ा तकड़ा जफा लवेगा। दर्शकों दीआं निगाहां टिकियां भी धावी का कद बड़ा छोटा है पर कहिंदे कबड्डी दे विच सिरे सिरे दे जाफियां तो नहीं फड़िया जांदा। दीपक शाहड़ वाला इस वेले पा कबड्डी पॉइंट जिहड़ा अपनी टीम दे हिस्से विच जोड़दा होया। एक रसूलपुर का कालू कहिंदे इस एरिए दा स्टार रहा अजकल कनेडा विच जा वसिया, एक काले संगियां दा कालू मशहूर पर कहिंदे भोतरे वाला कालू इस वेले खेड़ी चहलां दे सतनाम नूं करके टच पॉइंट आ जिहड़ा अपनी टीम दे हिस्से विच जोड़दा होया। अगले मैच दीआं टीमां जोधपुर चीमे दी टीम पुजी आ खोसे कोटले दी टीम, प्लीज वह भी खेड मैदान दे विच पुजे। बूटा सिंह जी छापा भी पुजे हुए आ अपने रायपुर शहर दे विच वड्डा मेला करवाउंदे आ। इधर शाहड़ वाला गोगी खेड मैदान दे विच बोलिया धावा के गुंदमा शरीर चढ़ी लोहड़े दी जवानी
ਧਾਵੀ ਫਰਤੀਲਾ ਉੱਤੋਂ ਕੌਣ ਦਾ ਸਾਨੀ ਰੇੜ ਪਾਈ ਤੇ ਪੈਣਾ ਲੋਕਾਂ ਦੇ ਵਿੱਚ ਸ਼ੋਰ ਚਾਹੀਦਾ ਗੱਲਾਂ ਬਾਤਾਂ ਨਾਲ ਖੇਡੀ ਜਾਣੀ ਨਹੀਂ ਕਬੱਡੀ ਲੋਕੋ ਇਹਦੇ ਲਈ ਡੌਲਿਆਂ ਪੱਟਾਂ ਦੇ ਵਿੱਚ ਜ਼ੋਰ ਚਾਹੀਦਾ ਵੀਰ ਪਿੰਡ ਦਾ ਸੋਨੀ ਤੇ ਨਾਲ ਕਹਿੰਦੇ ਖੇੜੀ ਚਹਿਲਾਂ ਵਾਲੇ ਸਤਨਾਮ ਨੇ ਆਪਣੇ ਡੌਲੇ ਦੇ ਉੱਪਰ ਵੀ ਚਹਿਲ ਲਿਖਾਇਆ ਕੋਈ ਕਹਿੰਦੇ ਧਾਲੀ ਵਾਲਾਂ ਦਾ ਮੁੰਡਾ ਕੋਈ ਗਰੇ ਵਾਲਾਂ ਦਾ ਪਰ ਇਹ ਚਹਿਲਾਂ ਵਾਲਾ ਖੇਡ ਮੈਦਾਨ ਦੇ ਵਿੱਚ ਸਤਨਾਮ ਟਰਾਈ ਕਰ ਰਿਹਾ ਕਹਿੰਦੇ ਕੈਨੇਡਾ ਦੇ ਵਿੱਚ ਵੀ ਤਕੜੇ ਜੱਫੇ ਲਾਇਆ ਤੇ ਅਮਰੀਕਾ ਦੇ ਵਿੱਚ ਵੀ ਕਹਿੰਦੇ ਜੱਫੇ ਲਾਇਆ ਪਰ ਪੁਆਇੰਟ ਜਿਹੜਾ ਇਹ ਨੌਜਵਾਨ ਧਾਵੀ ਇਸ ਵੇਲੇ ਚੱਲ ਵੀ ਨੌਜਵਾਨਾਂ ਪਾ ਖੇਡ ਮੈਦਾਨ ਦੇ ਵਿੱਚ ਕਬੱਡੀ ਦੀਪਕ ਕਬੱਡੀ ਦੀਆਂ ਸਤਿਕਾਰਯੋਗ ਸ਼ਹੀਦਾਂ ਪੁੱਜੀਆਂ ਹੋਈਆਂ ਬੂਟਾ ਛਾਪਾ ਜੀ ਜੋ ਰਾਏਕੋਟ ਦੇ ਵਿੱਚ ਵੱਡਾ ਮੇਲਾ ਕਰਵਾਉਂਦੇ ਆ ਵੀ ਪੁੱਜੇ ਹੋਇਆ ਵੱਡਾ ਧੰਨਵਾਦ ਹੈ ਉੱਥੇ ਕਬੱਡੀ ਦਾ ਮਸ਼ਹੂਰ ਲੇਖਕ ਸੁੱਖੀ ਲੋਪੋ ਵੀ ਪੁੱਜਿਆ ਹੋਇਆ ਉਹਦਾ ਵੀ ਵੱਡਾ ਨੌਜਵਾਨ ਦਾ ਧੰਨਵਾਦ ਕੀਤਾ ਜਾਂਦਾ ਹੈ ਜਿੱਥੇ ਕਬੱਡੀ ਲਈ ਵਧੀਆ ਲੇਖਕ ਤੇ ਉੱਥੇ ਗ੍ਰੈਜੂਏਸ਼ਨ ਵੱਡੀ ਉਸ ਨੌਜਵਾਨ ਨੇ ਉਪਲਬਧੀ ਖੱਟੀ ਹੋਈ ਹੈ ਨਾਲ ਜਿੰਨੇ ਵੀ ਸਾਥੀ ਪੁੱਜੇ ਤਾਰੋਣੀ ਸਾਡੇ ਵੀਰ ਨਿੱਕੇ ਹੋਣੀ ਸਾਰਿਆਂ ਦਾ ਧੰਨਵਾਦ ਲਓ ਕਾਲੂ ਦਾ ਕਹਿੰਦੇ ਭੋਤਨਾ ਪਿੰਡ ਹੈ ਮੇਰੇ ਵੀਰੋ ਇੱਕ ਰਸੂਲਪੁਰ ਦਾ ਕਾਲੂ ਜੀ ਨੂੰ ਪੰਜਾਬ ਦੀ ਸਭ ਤੋਂ ਵੱਧ ਜਿਹੜੀ ਲੋਕਪ੍ਰਿਯਤਾ ਮਿਲੀ ਹੋਈ ਹੈ ਇਹ ਕਾਲੂ ਕਹਿੰਦੇ ਭੋਤਨੇ ਵਾਲਾ ਖੇਡ ਮੈਦਾਨ ਕਬੱਡੀ ਪਾ ਰਿਹਾ ਤੇ ਚਾਰ ਜਾਫੀਆਂ ਦੇ ਵਿੱਚੋਂ ਗਰੂ ਦੀ ਕੀਤੀ ਕੋਸ਼ਿਸ਼ ਤੇ ਇਧਰ ਅੰਪਾਇਰ ਦੇ ਇਸ਼ਾਰੇ ਹੈ ਕਿ ਜਿਹੜਾ ਅੰਕ ਮੇਰੇ ਵੀਰੋ ਉਹ ਜਾਫੀਆਂ ਨੇ ਆਪਣੀ ਟੀਮ ਦੇ ਸਿਵ ਜੋੜ ਦਿੱਤਾ ਕਿ ਆ ਗਏ ਨੇ ਖਿਡਾਰੀ ਦੇ ਕੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਕਬੱਡੀ ਦਾ ਹਾਂਜੀ ਜਿਹੜਾ ਪਹਿਲਾ ਜੱਫਾ ਲੱਗਿਆ ਉਹਦੇ ਲਈ ਵੀ ਰਾਜ ਢਿੱਲੋਂ ਕੈਨੇਡਾ ਵਾਲੇ ਇਹਨਾਂ ਵੱਲੋਂ 100 ਰੁਪਈਆ ਜਿਹੜੇ ਜਾਫੀ ਨੇ ਪਹਿਲਾ ਜੱਫਾ ਲਾਇਆ 100 ਰੁਪਈਆ ਰਾਜ ਢਿੱਲੋਂ ਤੇ ਜਿੰਨੇ ਵੀ ਜੱਫੇ ਲੱਗਣਗੇ ਉਹਨਾਂ ਲਈ 100-100 ਰੁਪਏ ਦੇ ਸਨਮਾਨ ਰਾਜ ਢਿੱਲੋਂ ਕੈਨੇਡਾ ਵੱਲੋਂ ਕੀਤੇ ਜਾਣੇ ਆ ਜੀ ਰਾਜ ਢਿੱਲੋਂ ਜੀ ਕੈਨੇਡਾ ਵਾਲੇ ਵੱਡੇ ਮਾਣ ਪੁੱਜਦੇ ਕਰਦੇ ਨੇ ਖਿਡਾਰੀਆਂ ਦੇ ਲਈ ਲਓ ਕਾਲੂ ਭੋਤਨੇ ਵਾਲਾ ਮੇਰੇ ਵੀਰੋ ਕਿ ਦੇਣ ਵਾਲਾ ਦਾਤਾ ਕਦੇ ਕਿਸੇ ਤੇ ਨਹੀਂ ਸੜੀਦਾ ਜੋ ਉਹਨੇ ਦਿੱਤਾ ਸ਼ੁਕਰਾਨਾ ਬਸ ਕਰੀਦਾ ਸੁੱਖੀ ਲੋਪ ਬੰਦਾ ਉਹ ਵੱਧਦਾ ਨਹੀਂ ਅੱਗੇ ਵਿੱਚੋਂ ਵਿੱਚੀ ਬੈਠਾ ਜਿਹੜਾ ਘੋਲੀ ਜਾਵੇ ਜ਼ਹਿਰ ਛੱਡੀ ਇਹਨਾਂ ਦਿਲ ਮਿਲ ਜਾਂਦੀ ਹੈ ਤਰੱਕੀ ਜਦੋਂ ਮਿਲ ਜੇ ਤਰੱਕੀ ਫਿਰ ਛੱਡੀ ਦੇ ਨਹੀਂ ਪੈਰ ਜਦੋਂ ਮਿਲ ਜੇ ਤਰੱਕੀ ਫਿਰ ਛੱਡੀ ਦੇ ਨਹੀਂ ਪੈਰ ਲੋਪੋ ਵਾਲੇ ਸੁੱਖੀ ਦੀਆਂ ਲਿਖੀਆਂ ਲੈਣਾ ਹੈ ਇੱਧਰ ਕਾਲੂ ਕਹਿੰਦੇ ਭੋਤਨੇ ਵਾਲਾ ਤਕੜਾ ਪੁਆਇੰਟ ਆਪਣੀ ਟੀਮ ਦੇ ਸਿਵ ਜੋੜਦਾ ਆ ਤੇ ਗੱਲ ਕਰੇਗਾ ਫਿਰ ਤਾਂ ਚੀਮੇ ਵਾਲਾ ਇੱਧਰ ਸ਼ਾਹੜ ਵਾਲਾ ਦੀਪਕ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਛੋਟਾ ਕਾਦਾ ਪਰ ਕਹਿੰਦੇ ਨੌਜਵਾਨ ਦੇ ਕੋਲ ਕਬੱਡੀ ਦਾ ਬੜਾ ਤਜਰਬਾ ਕਿ ਜੇ ਬੰਦੇ ਦੇ ਵਿੱਚ ਜਿਗਰ ਹੈ ਨਹੀਂ ਕੀ ਕਰਨੇ ਜਿਸਮ ਹੱਟੇ ਤੇ ਕੱਟੇ ਮਿਹਨਤ ਬਿਨਾ ਕੁਝ ਪੱਲੇ ਨਹੀਂ ਪੈਣਾ ਲੋਕੋ ਕੀ ਕਰਨੇ ਲਾਏ ਰੱਟੇ ਕਿ ਕਾਗਜ਼ ਵੀ ਕਦੇ ਆਪ ਨਹੀਂ ਫੜਦੇ ਇਹਨਾਂ ਨੂੰ ਵੀ ਫਾੜਨਾ ਪੈਂਦਾ ਏ ਕੁਝ ਬਣਨਾ ਹੋਵੇ ਜ਼ਿੰਦਗੀ ਦੇ ਵਿੱਚ ਲੋਕੋ ਤੇ ਮਨ ਨੂੰ ਤਾਂ ਮਾਰਨਾ ਹੀ ਪੈਂਦਾ ਏ ਇਸ ਮੈਚ ਦੇ ਵਿੱਚ 8 ਪੁਆਇੰਟ ਆ ਜਿਹੜੇ ਉਹ ਸ਼ਾਹੜ ਦੀ ਟੀਮ ਦੇ ਰਹੇ ਆ ਤੇ 6.5 ਪੁਆਇੰਟ ਆ ਜਿਹੜੇ ਉਹ ਭਦੌੜ ਦੇ ਆ ਸ਼ਾਹੜ ਦੀ ਟੀਮ ਇਸ ਮੈਚ ਦੇ ਵਿੱਚ ਉਹ ਵਿਨਰ ਆ ਖੋਸਾ ਕੋਟਲਾ ਦੀ ਟੀਮ ਵੀ ਪੁੱਜ ਗਈ ਤੇ ਨਾਲ ਜੋਧਪੁਰ ਚੀਮੇ ਦੇ ਪ੍ਰਗਟ ਵਰਗੇ ਉਹ ਵੀ ਪੁੱਜੇ ਆ ਤੇ ਮਾਈਕ ਤੇ ਰਵਿੰਦਰ ਦੱਦਾ ਔਰ ਦੀ ਗੱਲ ਕਰਨਗੇ ਉਧਰ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ੇਰ ਸਿੰਘ ਜੀ ਸਰਪੰਚ ਰਸੂਲਪੁਰ ਤੋਂ ਚੇਅਰਮੈਨ ਸਾਹਿਬ ਉਹ ਵੀ ਉਚੇਚੇ ਤੌਰ ਤੇ ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆਏ ਆ ਅਸੀਂ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਵੱਲੋਂ ਸ਼ੇਰ ਸਿੰਘ ਜੀ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਜੀ ਇੱਕ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਮੇਨ ਸਟੇਜ ਦੇ ਉੱਪਰ ਕੁਰਸੀਆਂ ਲੱਗੀਆਂ ਹੋਈਆਂ ਨੇ ਜਿਹੜੇ ਸਾਡੇ ਨਗਰ ਨਿਵਾਸੀ ਵੀਰ ਇੱਥੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਜਿਹੜੀਆਂ ਮੂਹਰਲੀਆਂ ਦੋ ਲਾਈਨਾਂ ਉਹ ਵਿਹਲੀਆਂ ਕਰਕੇ ਪਿਛਲੀਆਂ ਕੁਰਸੀਆਂ 'ਤੇ ਹੋ ਜਾਓ ਇੱਥੇ ਸਾਡੇ ਜਿਹੜੇ ਬਾਹਰੋਂ VIP ਜਾਂ ਪਤਵੰਤ ਸੱਜਣ ਆਉਂਦੇ ਨੇ ਅਸੀਂ ਉਹਨਾਂ ਲਈ ਇਹ ਕੁਰਸੀਆਂ ਰੱਖੀਆਂ ਨੇ ਸੋ ਕਿਰਪਾ ਕਰਕੇ ਜਿਹੜੀਆਂ ਮੂਹਰਲੀਆਂ ਦੋ ਲਾਈਨਾਂ ਨੇ ਇਹ ਕੁਰਸੀਆਂ ਦੀਆਂ ਖਾਲੀ ਕਰ ਦਿੱਤੀਆਂ ਜਾਣ ਉੱਧਰ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਧੰਨਵਾਦ ਕਰਦੇ ਹਾਂ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਉੱਥੇ ਸ਼ੇਰ ਸਿੰਘ ਜੀ ਵੀ ਪਹੁੰਚੇ ਨੇ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਲੈ ਵੀ ਸਾਈਕਲ ਕੱਢਣ ਲੱਗਿਆ ਗਰਾਊਂਡ ਦੇ ਵਿੱਚ ਸਾਡੇ ਵੀਰ ਪਰਚੀ ਗਰਾਊਂਡ ਦੇ ਵਿੱਚ ਕੱਢੀ ਜਾਊਗੀ ਬਿੱਟੂ ਜੀ ਜਾਓ ਗਰਾਊਂਡ ਦੇ ਵਿੱਚ ਸਾਈਕਲ ਦੀ ਪਰਚੀ ਕੱਢਣ ਲੱਗਿਆ ਜੀ ਇਧਰ ਗਰਾਊਂਡ ਦੇ ਵਿੱਚ ਜਿਹੜਾ ਲੱਕੀ ਡਰਾਓ ਕੱਢਿਆ ਜਾ ਰਿਹਾ ਸਾਈਕਲ 20 ਰੁਪਏ ਪ੍ਰਤੀ ਆ ਤੇ 4,4500 ਦਾ ਜਿਹੜਾ ਅੱਜ ਕੱਲ੍ਹ ਸਾਈਕਲ ਮਿਲਦਾ ਤੇ 20 ਰੁਪਇਆਂ ਦੇ ਵਿੱਚ ਸਾਈਕਲ ਆ ਜਿਹੜਾ ਕਿਸ ਨੌਜਵਾਨ ਨੂੰ ਮਿਲੇਗਾ
इस मैच तो बाद बीएमएस क्लब भाई रूपा ते माणू के प्लीज टीम भी जल्दी दे नाली खेड मैदान दे विच पहुंचणगे आ। हां जी उधर जेडे बच्चे स्टेज ते बैठे ने इन्हां नूं बेनती है जिहड़ियां कुर्सियां ने प्लीज प्रबंधक वल्लों बेनती है जिहड़ी बेलियां कर दित्तियां जाण। जेडे बच्चे स्टेज ते कुर्सियां दे उपर बैठे ने उन्हां नूं बेनती है भी जिहड़ियां कुर्सियां बेलियां कर दिओ ता कि इत्थे असीं आईआं होईआं साडीआं सत्कारयोग शख्सियत नूं वधाईए। जिन्ने भी बच्चे कुर्सियां ते बैठे ने वो प्लीज कृपा करके कुर्सियां जिहड़ियां बेलियां कर दिओ जी। सरदार मलकीत सिंह जी ट्रक यूनियन जिला प्रधान ने जो साडे सत्कारयोग वीर हठूर तो उचेचे तौर पर साडे दरमियान पहुंचे ने इन्हां वीरां दा इत्थे पहुंचण ते असीं बहुत बहुत धन्नवाद करदे हां। मलकीत सिंह जी प्रधान साहब 71-10 पर्ची निकले मित्रों मार दो ताड़ियां की दी 71-10 बजाओ टलियां फिर लवी चमकौर से ना की है दसो ਮੈਂ 642 ਨਾਲ 71973 ਨੰਬਰ ਆ ਪਰਚੀ ਆ ਜੀ ਜਿਹੜੀ 710 ਨੰਬਰ ਆ ਜੀ 710 ਨੰਬਰ ਕੀ ਦੀ ਪਰਚੀ ਆ ਬਈ ਦੱਦਾ ਉਰਾਲੇ ਫਿਕਰ ਨਾ ਕਰ ਜਿਹਨੂੰ ਸਾਈਕਲ ਪਤਾ ਵੀ ਮੇਰੇ ਪਰਚੀ ਦਾ ਨੰਬਰ ਨਿਕਲਿਆ ਉਹਨੇ ਤੇ ਆਪ ਹੀ ਆ ਜਾਣਾ। ਜਿਹੜੀ ਟੀਮ ਮੰਡੀ ਵਾਲੀ ਸਾਈਡ ਤੇ ਖੇਡ ਰਹੀ ਆ ਉਹ ਟੀਮ ਕਹਿੰਦੇ ਸਾਲ ਪੰਜਾਬ ਦੇ ਮੇਲਿਆਂ ਦੀ ज्यादातर खेड मेलिया की जेतू टीम आ चीमा जोधपुर ते दूजी साइड ते टीम आ ओ कहिंदे खोसे कोटले की टीम खेड रही आ। पहली कबड्डी पाउण दे लई इस वेले शेरा खेड मैदान दे विच वधिया होया एक कन्नी ते कहिंदे जोधपुर टीमे दा फौजी आ विचकार काका ते नाल प्रगट आ ते नाल सहणे दा कद्दी आ जाफी ने कहिंदे धूरे दे कप ते लंडी जीप जीती वनवाल दे केसी दे नाल सांझे तौर ते इस वेले पहला तगड़ा लफा लाउण दी ट्राई कर रहा ते पॉइंट आ जिहड़ा अदर साडे कबड्डी खिडारी बिल्ला गगड़ा उहदा जिहड़ा प्रबंधक कमेटी वल्लों मान सम्मान कीता जा रहा बिल्ला गगड़े वाले दा उधर 710 नंबर पर्ची वाला वीर भी साडे लागे पहुंचे। असीं धन्नवाद करदे आ जिन्ने भी वीर इस कबड्डी टूरनामेंट दे विच अपनी भरमी हाजरी लवा रहे ने। उधर बिल्ले गगड़े वाले दा प्रबंधक कमेटी वालों विशेष तौर पर मान सम्मान किया जा रहा माइक ते प्रता जी। चल भी मीत नौजवाना पा खेड मैदान कबड्डी मीत दा कहिंदे खाई पिंड है जो खेड मैदान कबड्डी पाउण की तैयारी करता है उत्थे बहुत ही सत्कारयोग सरदार अमरजीत सिंह जी बिल्ला लोपो तो नाल जीती साडे वीर ते नाल निक्का लखे वाले नाल बोलां दा वड्डा माण करके गए है। अगली रेड के पत्तो दे कोल खाई सुनी दी खाई दे कोल दीना तै मन मोह लिया वे कबड्डी दा शकीरा लाओ पत्तो वाला मेरे वीरो खाई वाला गभरू उस इलाके दा मशहूर खिडारी है। दो वीर कबड्डी खेडदे ते दोनों दी चढ़त है पंजाब दे कबड्डी कपां दे ते चार जाफी तैयार ने मेरे वीरो लाओ फड़िया होया गुटिसन नौजवान ने एन कहिंदे पकड़ मजबूत करन दी कोशिश कीती है पर अंक कहिंदे धावी ने अपनी टीम दे सिवे जोड़ दित्ता है। चीमा जोधपुर दी टीम ओह टीम है जिवें पहला फिर तिन दस्सिया है कि इस साल इस टीम की पंजाब के कबड्डी कपा दे बड़ी चढ़ाई है मेरे वीरो। अगली रेड कहिंदे प्रीत नाम इस नौजवान का मेरे वीरो जो कबड्डी पा रहा है चार जाफी तैयार बार तैयार ने कदी का सहना पिंड है फौजी जोधपुर चीमे वाला कहिंदे धूरे दे कबड्डी कप का लंडी जीप का जेतू है मेरे वीरो के दो शौक मित्र मित्रां दे पौणा भंगड़ा दे खेडनी कबड्डी। असीं धन्नवाद करते हैं जगराज सिंह जी राजा जटपुरा ब्लाक प्रधान कांग्रेस कमेटी रायकोट नाल निर्मल सिंह जी तलवंडी इन्हां वीरां दा भी धन्नवाद करते हैं। गुरबाज सिंह जी तुगल सरपंच साहब यह वीर भी साडे दरमियान भरमी हाजरी लवा रहे ने। असीं सारे वीरां दा समुची मैनेजमेंट कमेटी नगर निवासियां दे वल्लों धन्नवाद करते हैं। इधर अगली कबड्डी पाउण दे लई जद इह साल कहिंदे कबड्डी दा खेड सीजन शुरू होया ते पहले जिहड़े मोटरसाइकल उह छापे पिंड दे विच दित्ते गए रिक्की सिद्धू रामपुरे उहनां दा ਇਹ ਨੌਜਵਾਨ ਕਹਿੰਦੇ ਪਹਿਲਾ ਮੋਟਰਸਾਈਕਲ ਜਿੱਤਣ ਵਾਲਾ ਇਸ ਵੇਲੇ ਗਰਲਾਲ ਗੰਗਿਆਂ ਵਾਲਾ ਕਬੱਡੀ ਪਾ ਰਿਹਾ ਤੇ ਉਧਰ ਗੱਜਣ ਵਾਲੇ ਦੇ ਜਾਫੀ ਨੇ ਲਾ ਤਕੜਾ ਜਫਾ ਇਸ ਵੇਲੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਅਗਲੀ ਕਬੱਡੀ ਪਾਉਣ ਦੇ ਲਈ ਨਿਰਭਾ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਬਾਬਾ ਜੋਰਾ ਸਿੰਘ ਜੀ ਦੇ ਵੱਲੋਂ 71,000 ਰੁਪਏ ਦਾ ਯੋਗਦਾਨ ਆ। ਪ੍ਰਧਾਨ ਸਰਦਾਰ ਕੁਲਵੰਤ ਸਿੰਘ ਸਾਨਵ ਸਰਦਾਰ ਅਵਤਾਰ ਸਿੰਘ ਜੀ ਤਾਰਾ ਇਹਨਾਂ ਦੇ ਵੱਲੋਂ ਵੀ ਵੱਡੇ ਯੋਗਦਾਨ ਆ। ਸਰਦਾਰ ਜਸਵੀਰ ਸਿੰਘ ਜੀ ਮੁੱਲਾਪੁਰ
रिक्की साडा भरा बैरीन तो सरदार सिंगारा सिंह जी सरदार बलबीर सिंह जी एस डी एम जो कि बिजली बोर्ड के सारे ही भरावान का बहुत बहुत धन्यवाद है। ये नौजवान कहते खाई वाला मीत आ सुल्तान ते दली भी कहते दो भरा कबड्डी खेलते हैं हरखवाल का रूबी ते सेठी भी खेलते हैं ते कहते हरदासे का हरदयाल ते सुख भी खेलते हैं रुड़की का मंगा ते रुड़की का गोगो ये पंजाब दे कहते वो खिडारी है जेडे सके भरा खेड कबड्डी खेलते हैं उधर साढ़े भरा भी रुपए प्रति जी ते साइकल की कीमत जी मेरा ख्याल है चार पांच हजार बन जाती है केड़ा पिंड है साढ़े भरा का जगने का मुंडा अज अपने पिंड जोड़ा साइकिल है उन्होंने निकल आया पर कोई साइकिल ओदा नहीं भी प्रबंधक ने परची कढ़ती सारिया के सामने जी परची कढ़ी गई है एक ग्राउंड का चक्कर लावेगा साडा भरा ला दे लवी वीर चक्कर ग्राउंड का चार हजार च फिर नवा साइकिल तैयार होंदा है लो गुरलाल गंगिया वाला मेरे वीर एक माड़ू पिंड का चूड़ सिंह का पुत्र जी की दुनिया दवानी रही है गुरलाल वह कनौर का मेरे वीरो एक गंगिया वाला गुरलाल तकड़ा पॉइंट अपनी टीम दे से जोड़ता हो आए कहते प्रीत जो नौजवान खेड़ मैदान कबड्डी पा रहा है कि भगती च बैठा हो साध नहीं हो छेड़ी का बंदा मिले दुखी होता जख्म नहीं चेड़ी का कौन कि बनू इतने लगता नहीं पता अपना बना के लोग कढ़ जाते वैर छड़ी इना दिल मिल जाती है तरक्की जो मिल जे तरक्की फिर छड़ी दे पैर जो मिल जे तरक्की फिर छड़ी दे पैर लो प्रीत ददार मेरे वीरों खेड़ मैदान कबड्डी पा रहा है फड़िया होया गुट बज गई कैंची मुकाबला सख्त है ते पॉइंट जिहड़ा तावी ने वो अपनी टीम दे से जोड़ दिता है। हाँ जी असीं धन्यवाद करते हैं कबड्डी ओपन की जिहड़ी टीम फस्ट आवेगी उहदे लई जसवीर सिंह जी धारीवाल ते अमरजीत सिंह जी जीता न्यूजीलैंड वाले फस्ट टीम लई 3100 रुपया ते जिहड़ी टीम सैकंड आवेगी उहदे लई 2100 रुपया साडे वीर जसवीर सिंह जी धारीवाल अमरजीत सिंह जी जीता न्यूजीलैंड वाले वीरां वल्लों दित्ता जावेगा। इधर साडा भरा जिहड़ा ग्राउंड का चक्कर ला रहा ये भी एक ताड़ी मार दो जोरदार दर्शक भीर भी रुपए साइकिल निकल आया साढ़े भरा पिंड का खेड मैदान कहते निरभय ने कबड्डी पा दी असी धन्यवाद करते हैं साढ़े दानी वीर राज सिंह जी ढिलो यूसीएल कनेडा तरते वीर तुम अपने आप ही कह दिया करो सू कहना ना पवे हरेक जफे तो एक 100-100 रुपये इन्होंने वीर वालों दिता जाए ना धन्यवाद है रविंदर जी पहला मैच है जो समाप्त हो गया अपना ना जो नहीं बोलिया। हाँ जी इस मैच फिर ला दी उधर राज ढिलों जी कहते कनेडा तो पुजे हुए इस मैच के जिन्हें भी जफे लगन गए हर एक जफे का एक एक सौ के क्रिकेट का थम है सचिन तेंदुलकर कबड्डी का है मंगी पिंड समसपुर के दो भरा खेड़ खेड कबड्डी चंगी के क्रिकेट दे विच मशहूर जिदा विराट कोहली दे कट ने कबड्डी विच हुंदे चर्चे लोको गुरलाल दे पड़ने इधर गंगिया वाले गुरलाल ने कहिंदे पॉइंट अपनी टीम दे हिस्से विच जोड़िया। इस मैच दे विच चीमा जोधपुर की टीम जिहड़ी दर्शक वीरो वह विनर रही है चीमा जोधपुर अगला मैच है जिहड़ा भाई रूपे की टीम आ जिहड़ी वह पुज चुकी है ते माणूके की टीम आ जफ्फिया के पै रविंदर जी आ वीर आ जिहड़ा जोधपुर वाला आ रहा है जिहड़े जफ्फिया की माया किन्ने जफ्फे जी दो जफ्फे जी प्रधान सरजीत सिंह नूं बेनती है वह कृपा करके जिहड़े जफ्फिया के पैसे हाँ जी चार जफ्फे लगे जी हाँ जी आ जोधपुर जी मेरे इधर ले लो कोई ना यार ताकि नित खेड ला लो एक बड़ी गल कोई ना भरा मेरा भाजी टीम कड़ी जीती सी इस मैच दे विच टीमा जोधपुर की टीम जी जेतू रही है इधर गिड़दे वाला प्रगट कबड्डी के नेकां सतारा की जिहड़ी फोटो आ मेरा ख्याल है 100-150 कबड्डी के सतारा की फोटो साडा भरा जिहड़ा कैलेंडर लैके पुज्या होया आपां किन्नी कीमत आ 20 रुपए कीमत है इस कैलेंडर की साडा वीर ग्राउंड का चक्कर ला रहा जिस भी दर्शक नूं कैलेंडर की जरूरत हो प्लीज प्राप्त जरूर कर ले। हाँ जी अगलिया टीम भी बुला के मैच माणूके की टीम माणूके की टीम एक मिनट का टाइम है जी माणूके की टीम नहीं पुजी नहीं तो भाई रूपे की टीम जरा बाक ओवर दे देता जाएगा
ਮਾਣੂ ਕੇ ਗਿੱਲ ਜਾਂ ਤੇ ਮਾਣੂ ਕੇ ਸੰਧੂ ਜਿਹੜੇ ਵੀਰ ਟਾਈਆਂ ਵਾਲੇ ਵਾਲੇ ਵੀ ਵੀਰ ਦੱਸੀ ਮਾਣੂ ਕੇ ਗਿੱਲ ਆ ਜਾਂ ਸੰਧੂ ਆ ਸੰਧੂ ਆ ਜੀ ਸੰਧੂ ਮਾਣੂ ਕੇ ਸੰਧੂ ਪਲੀਜ਼ ਉਹ ਟੀਮ ਜਲਦੀ ਨਾਲ ਹੀ ਖੇਡ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਮਾਣੂ ਕੇ ਸੰਧੂ ਦੀ ਟੀਮ ਜੱਗਾ ਨੰਬਰਦਾਰ ਗੁਰਪ੍ਰੀਤ ਲੱਖਾ ਸਾਡਾ ਭਰਾ ਖਜ਼ਾਨਚੀ ਸੋਨੀ ਮਹਿੰਦੀ ਲੱਖਾ ਗੁਰਦੀਪ ਗੀਟਾ ਕਾਕਾ ਲੱਖਾ ਰਾਜੂ ਲੱਖਾ ਹੰਸਾ ਲੱਖਾ ਚਰਨਾ ਲੱਖਾ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਟਾਈਆਂ ਦੀ ਡਿਊਟੀ ਨਿਭਾ ਰਹੇ ਆ ਇੱਕ ਮਿੰਟ ਦਾ ਟਾਈਮ ਆ ਜੀ ਮਾਣੂ ਕੇ ਸੰਧੂ ਦੀ ਟੀਮ ਨੂੰ ਬਾਅਦ ਦੇ ਵਿੱਚ ਟੀਮ ਵਾਲੇ ਇਤਰਾਜ਼ ਕਰਦੇ ਆ ਵੀ ਟੀਮ ਸਾਡੀ ਕਿਉਂ ਕੱਟਤੀ ਹੁਣ ਕਾਫੀ ਟਾਈਮ ਹੋ ਗਿਆ ਸਟ੍ਰੀਮ ਨੂੰ ਆਵਾਜ਼ਾਂ ਮਾਰ ਰਹੇ ਹਨ ਮਾਣੂ ਕੇ ਸੰਧੂ ਦੀ ਟੀਮ ਦਿਲਵਰ ਵੀਰ ਇੱਕ ਮਿੰਟ ਦਾ ਟਾਈਮ ਲਾ ਦੇ ਟੀਮ ਆ ਗਈ ਠੀਕ ਆ ਇੱਕ ਮਿੰਟ ਦਾ ਲਾ ਦਿਓ ਜੀ ਇੱਕ ਮਿੰਟ ਦਾ ਟਾਈਮ ਲਾ ਕੇ ਤਾਰੀ ਕਲੱਬ ਬੀਲੇ ਦੀ ਟੀਮ ਪੁੱਜ ਗਈ ਤੇ ਨਾਲ ਵਧਾਤੇ ਦੀ ਟੀਮ ਪੁੱਜੇ ਉਧਰ ਮਾੜੀ ਦਾ ਸਿਕੰਦਰ ਉਹ ਵੀ ਕਬੱਡੀ ਦਾ ਸਟਾਰ ਕਹਿੰਦੇ ਪੁੱਜਿਆ ਹੋਇਆ ਵਧਾਤੇ ਦੀ ਟੀਮ ਤਾਰੀ ਕਲੱਬ ਬੀਲਾ ਦੀ ਟੀਮ ਪੁੱਜੀ ਹੋਈ ਆ ਵਧਾਤੇ ਦੀ ਟੀਮ ਉਹ ਵੀ ਪੁੱਜੇ ਠਾੜ ਤੇ ਲੱਖਾ ਮੌੜ ਨਾਭਾ ਤੇ ਲੋਹਗੜ ਇਹ ਸਾਰੀਆਂ ਟੀਮਾਂ ਜਿਹੜੀਆਂ ਆਪੋ ਆਪਣੇ ਮੈਚਾਂ ਦੇ ਮੁਤਾਬਕ ਪਹੁੰਚਣਗੀਆਂ ਬੀਲੇ ਦੀ ਟੀਮ ਆ ਗਈ ਜੀ ਬੇਨਤੀ ਆ ਸਾਡੀ ਵਧਾਤੇ ਦੀ ਟੀਮ ਸਰਪੰਚ ਮਲਕੀਤ ਸਿੰਘ ਜੀ ਇਹਨਾਂ ਨੂੰ ਵੀ ਬੇਨਤੀ ਹੈ ਕਿਰਪਾ ਕਰਕੇ ਜਿਹੜੇ ਸਨਮਾਨ ਕਰਨੇ ਆ ਉਹ ਨਾਲ ਆ ਜਾਣਗੇ ਉੱਧਰ ਸਰਦਾਰ ਲਸਮਣ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰਕ ਮੈਂਬਰ ਹੋਣ ਕਿਰਪਾ ਕਰਕੇ ਉਹ ਵੀ ਆ ਕੇ ਆਪਣਾ ਜਿਹੜਾ ਮਾਣ ਸਨਮਾਨ ਜ਼ਰੂਰ ਲੈਣ ਧੰਨਵਾਦ ਕਰਦੇ ਸਰਪੰਚ ਸ਼ੇਰ ਸਿੰਘ ਜੀ ਰਸੂਲਪੁਰ ਸੁਖਵਿੰਦਰ ਸਿੰਘ ਜੀ ਬੁਰਜ ਕਲਾਲਾ ਗੁਰਬਖ ਸਿੰਘ ਜੀ ਤੁਗਲ ਉੱਥੇ ਨਾਲ ਸਾਡੇ ਵੀ ਜਸਵੀਰ ਸਿੰਘ ਜੀ ਧਾਲੀਵਾਲ ਅਮਰਜੀਤ ਸਿੰਘ ਜੀ ਹਾਂਜੀ ਇਧਰ ਟੀਮ ਆ ਜਿਹੜੀ ਮਾਣੂ ਕੇ ਸੰਧੂ ਦੀ ਨਹੀਂ ਆ ਰਹੀ ਜਿਹੜਾ ਕੀ ਡਿਸੀਜਨ ਆ ਪ੍ਰਬੰਧਕ ਕਮੇਟੀ ਨੇ ਲੈਣਾ ਕਿਉਂਕਿ ਬਹੁਤ ਆਵਾਜ਼ਾਂ ਉਸ ਟੀਮ ਨੂੰ ਮਾਰ ਦਿੱਤੀਆਂ ਸਰਦਾਰ ਮਾਣੂ ਕੇ ਸੰਧੂ ਦੀ ਟੀਮ ਜੀ ਕੱਟੀ ਗਈ ਆ ਹੁਣ ਉਹ ਟੀਮ ਗਰਾਊਂਡ 'ਚ ਨਾ ਆਵੇ ਬੀਐਮਐਸ ਕਲੱਬ ਭਾਈ ਰੂਪਾ ਦੀ ਟੀਮ ਆ ਜਿਹੜੀ ਇਸ ਮੈਚ ਦੇ ਵਿੱਚੋਂ ਵਿਨਰ ਆ ਇਧਰ ਬੀਲੇ ਦੀ ਟੀਮ ਪੁੱਜ ਗਈ ਸਾਬਕਾ ਚੇਅਰਮੈਨ ਨਿਰਮਲ ਸਿੰਘ ਜੀ ਮਾਣੂ ਕੇ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਬਕਾ ਚੇਅਰਮੈਨ ਨਿਰਮਲ ਸਿੰਘ ਜੀ ਮਾਣੂ ਕੇ ਵਧਾਤੇ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜੇ ਜੋਤ ਭਿੰਡਰਾਂ ਵਾਲਾ ਕਬੱਡੀ ਦਾ ਸਟਾਰ ਤੇ ਨਾਲ ਮਾੜੀ ਵਾਲਾ ਸਿਕੰਦਰ ਸਰਬੀ ਵਰਗੇ ਪਿਆਰੇ ਵਰਗੇ ਤੇ ਨਾਲ ਕਹਿੰਦੇ ਬੀਲੇ ਦਾ ਕਾਲਾ ਕਬੱਡੀ ਦੇ ਸਾਰੇ ਸਟਾਰ ਆ ਜਿਹੜੇ ਉਹ ਗਰਾਊਂਡ ਦੇ ਵਿੱਚ ਪੁੱਜ ਚੁੱਕੇ ਆ ਇੱਕ ਮਿੰਟ ਦਾ ਟਾਈਮ ਆ ਜੀ ਵਧਾਤੇ ਦੀ ਟੀਮ ਨੂੰ ਪਹਿਲਾਂ ਟੀਮ ਆ ਜਿਹੜੀ ਉਹ ਮਾਣੂ ਕੇ ਸੰਧੂ ਦੀ ਟੀਮ ਕੱਟੀ ਗਈ ਹੈ ਇਹ ਨਾ ਹੋ ਜਾਵੇ ਵੀ ਵਧਾਤੇ ਦੀ ਟੀਮ ਉਹ ਵੀ ਕੱਟਣੀ ਪੈ ਜਾਵੇ ਹੈਲੋ ਹਾਂਜੀ ਬੀਲੇ ਦੀ ਟੀਮ 'ਚ ਜਿਹੜਾ ਤਾਰੀ ਮੁੰਡਾ ਖੇਡਦਾ ਹਰ ਇੱਕ ਪੁਆਇੰਟ 'ਤੇ ਹਾਕਮ ਸਿੰਘ ਜੀ ਕਨੇਡਾ ਦੇ ਵੱਲੋਂ 100 ਰੁਪਈਆ ਤਾਰੀ ਬੀਲੇ ਵਾਲਾ ਜੇ ਟੀਮ ਬੀਲੇ ਦੀ ਜਿੱਤਦੀ ਹੈ ਤਾਂ 1000 ਰੁਪਈਆ ਹਾਕਮ ਸਿੰਘ ਜੀ ਕਨੇਡਾ ਵੱਲੋਂ ਤੇ ਤਾਰੀ ਜਿੰਨੇ ਜਿੱਥੇ ਲਾਵੇਗਾ ਉਹਨੇ 100-100 ਰੁਪਏ ਦੇ ਸਨਮਾਨ ਹੋਣਗੇ ਰਾਜ ਢਿੱਲੋਂ ਯੂਸੀਐਲ ਕਨੇਡਾ ਦੇ ਢਿੱਲਮਾ ਮੌੜ ਤੋਂ ਸਾਡੇ ਵੀਰ ਉਹਨਾਂ ਵੱਲੋਂ ਵੀ 100-100 ਰੁਪਈਆ ਹਰੇਕ ਜੱਫੇ 'ਤੇ ਦਿੱਤਾ ਜਾਵੇਗਾ ਜਿੰਨੇ ਵੀ ਜੱਫੇ ਇਸ ਮੈਚ 'ਚ ਲੱਗਣਗੇ ਜੀ ਨਾਲ 15 ਫਰਵਰੀ ਨੂੰ ਗੁਰਦੁਆਰਾ ਜੌੜੀਆ ਸਾਹਿਬ ਮਾਣੂਕੇ ਵਿਖੇ ਘੋਲ ਹੋ ਰਹੇ ਨੇ ਜਿੱਥੇ